ਹੁਣ ਰੁੱਖ ਕਰ ਲੈਂਦੇ ਹਾਂ ਫਰੀਦਕੋਟ ਦਾ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਮੁੱਖ ਮੰਤਰੀ ਬਾਦਲ ਉੱਤੇ ਕੋਈ ਹੋਰ ਮੁੱਦਾ ਨਾ ਹੋਣ ਦੀ ਸੂਰਤ ਦੇ ਵਿੱਚ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਨੂੰ ਆਧਾਰ ਬਣਾ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵਿਰੋਧ ਕਰਨ ਕਾਰਨ ਨਿਸ਼ਾਨਾ ਕੱਸਿਆ ਹੈ। ਛੋਟੇਪੁਰ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬਾਦਲ ਸਰਕਾਰ ਨੂੰ ਚਲਦਾ ਕਰ ਦੇਣਗੇ। ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਦੇ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਕਿਹਾ ਹੈ ਕਿ ਅਜੇ 1 ਸਾਲ ਦਾ ਸਮਾਂ ਪਿਆ ਹੈ ਤੇ ਨਾਵਾਂ ਦਾ ਐਲਾਨ ਕਰਨਾ ਅਜੇ ਜਲਦਬਾਜ਼ੀ ਹੋਵੇਗੀ। ਕੁਝ ਪਾਰਟੀ ਵਰਕਰਸ ਨੂੰ ਮੈਂ ਥਾਂ ਥਾਂ ਮਿਲਦਾ ਔਰ ਹਰ ਗੱਲ ਉਹਨਾਂ ਨਾਲ ਸ਼ੇਅਰ ਕਰਦਾ ਕਿੱਥੇ ਸਾਡੇ 'ਚ ਕੋਈ ਕੰਮ ਕਰਨ ਦੀ ਹੋਰ ਇੰਪਰੂਵਮੈਂਟ ਕਰਨ ਦੀ ਲੋੜ ਆ, ਕਿੱਥੇ ਡਿਸਿਪਲਿਨ ਕ੍ਰੀਏਟ ਕਰਨ ਦੀ ਲੋੜ ਆ, ਕਿਸ ਤਰ੍ਹਾਂ ਦੇ ਲੋਕ ਆਪਾਂ ਲਿਆਉਣੇ ਆ। ਇਹ ਰੋਜ਼ ਮੇਰੀਆਂ ਸਾਰੀਆਂ ਗੱਲਾਂ ਜਿਹੜੀਆਂ ਆਪਣੇ ਸਾਥੀਆਂ ਨਾਲ ਹੁੰਦੀਆਂ ਨੇ। ਖਾਲੀ ਸਾਲ ਦਾ ਸਮਾਂ ਜੀ, ਜਿਹੜਾ ਮੁੱਖ ਮੰਤਰੀ ਦਾ ਐਲਾਨ, ਮੈਂ ਤਾਂ ਚਾਹਾਂਗਾ ਵੀ ਇਹ ਤਾਂ MLA ਨੇ ਅਤੇ ਸੈਂਟਰ ਲੀਡਰਸ਼ਿਪ ਨੇ ਕਰਨਾ, ਅਤੇ ਹਾਲੀ ਤਾਂ ਸਾਲ ਦਾ ਟਾਈਮ ਆ, ਇੰਨਾ ਅਗਾਓਂ ਕਰਨ ਦਾ ਮੇਰਾ ਨਹੀਂ ਖਿਆਲ ਕੋਈ ਫਾਇਦਾ ਹੁੰਦਾ। ਬਦਕਿਸਮਤੀ ਇਹ ਆ ਵੀ ਬਾਦਲ ਸਾਹਿਬ ਦੀ ਸੈਂਟਰ ਦੇ ਵਿੱਚ ਵੀ ਸਰਕਾਰ ਆ, ਇਹਨਾਂ ਦੀ ਬਹੂ ਰਾਣੀ ਜਿਹੜੀ ਆ ਸੈਂਟਰ ਦੇ ਵਿੱਚ ਵਜ਼ੀਰ ਆ, ਹਰਿਆਣੇ ਨਾਲ ਡਿਸਪਿਊਟ ਆ, ਹਰਿਆਣੇ ਦੇ ਵਿੱਚ ਵੀ BJP ਦੀ ਸਰਕਾਰ ਆ, ਪੰਜਾਬ ਦੇ ਵਿੱਚ BJP ਬਾਦਲ ਦੇ ਨਾਲ ਭਾਈਵਾਲ ਆ, ਇਹ ਜਿਹੜੀਆਂ ਤਿੰਨੇ ਸਰਕਾਰਾਂ ਇਹਨਾਂ ਦੇ ਕੋਲ ਹੋਣ ਅਤੇ ਇਹ ਪੁਤਲੇ ਸਾੜਦੇ ਫਿਰਦੇ ਆ। SYL ਕੋਈ ਮੁੱਦਾ ਨਹੀਂ, SYL ਦੇ ਜਿਹੜੀ ਆ ਉਹ ਕਾਂਗਰਸ ਨੇ ਸ਼ੁਰੂ ਕੀਤਾ ਸੀ ਕੰਮ, ਬਾਦਲ ਨੇ ਨਹਿਰ ਕਢਾਈ ਆ, ਉਹਦਾ ਉਹਨੇ ਪੈਸਾ ਵੀ ਪੰਜਾਬ ਦੇ ਖਜ਼ਾਨੇ 'ਚ ਜਮ੍ਹਾਂ ਵੀ ਕਰਾਇਆ, ਔਰ ਨਹਿਰ ਦੇ ਖਜ਼ਾਨੇ ਦੇ ਵਿੱਚ ਜਿਹੜਿਆ ਗੁੜਗਾਵਾਂ ਏਅਰਪੋਰਟ ਦੇ ਨਾਲ ਜਿਹੜੀ ਆ ਇੰਟਰਨੈਸ਼ਨਲ ਏਅਰਪੋਰਟ ਦੇ ਉੱਥੇ ਜਿਹੜਾ ਹੋਟਲ ਬਣਾਇਆ ਉਹ ਅਰਬਾਂ ਰੁਪਏ ਦੀ ਜ਼ਿਆਦਾ ਸੀ ਜਿਹੜੀ ਕੌਡੀਆਂ ਦੇ ਭਾਅ ਦੇਵੀ ਲਾਲ ਨੇ ਇਹਨੂੰ ਉਹਦੇ ਖਜ਼ਾਨੇ 'ਚ ਦਿੱਤੀ ਆ ਪਾਣੀਆਂ ਦੇ ਮਸਲੇ ਦੇ ਵਿੱਚ। ਬਾਦਲ ਸਾਹਿਬ ਨੂੰ ਤਾਂ ਕੋਈ ਹੱਕ ਹੀ ਨਹੀਂ ਅਖਲਾਕੀ ਤੌਰ 'ਤੇ ਬੋਲਣ ਦਾ, ਉਹਨਾਂ ਕੋਲ ਮੁੱਦਾ ਕੋਈ ਨਹੀਂ ਗਾ। ਕਦੀ ਉਹ ਸੰਤਾਂ ਦੇ ਨਾਲ ਫੋਟੋ ਲਵਾ ਕੇ ਕੋਈ ਗੱਲ ਕਰਨਗੇ, ਕਦੀ ਕੁਛ ਗੱਲ ਕਰਨਗੇ, ਉਹਨਾਂ ਕੋਲ ਮੁੱਦਾ ਕੋਈ ਹੈ ਨਹੀਂ ਗਾ। ਅਸਲੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਪਾਸੇ ਕਰ ਲਈ ਉਹ ਇਹੋ ਜਿਹੀਆਂ ਗੱਲਾਂ ਕਰ ਰਹੇ ਨੇ। ਉਹ ਜੋ ਮਰਜ਼ੀ ਕਰਦੇ ਰਹਿਣ ਹੁਣ ਕਾਂਗਰਸ ਵਾਲੇ ਤੋਂ, ਪੰਜਾਬ ਦੇ ਲੋਕਾਂ ਨੂੰ ਤਾਂ ਇਤਬਾਰ ਨਹੀਂ ਕਰਦੇ, ਪੰਜਾਬ ਦੇ ਲੋਕਾਂ ਨੇ ਉਹਨਾਂ ਨਾਲ ਬਿਸਤਰਾ ਕਰਕੇ ਬੰਨ ਦੇਣਾ ਵਾ। ਦੋਵਾਂ ਨੂੰ ਪਤਾ ਉਹ ਅਸੀਂ ਲੜ ਰਹੇ ਹਾਂ ਪੰਜਾਬ ਬਚਾਉਣ ਲਈ, ਅਸੀਂ ਕੋਈ ਅਹੁਦਿਆਂ ਵਾਸਤੇ ਲਾਲ ਬੱਤੀਆਂ ਵਾਸਤੇ ਪੈਸਾ ਇਕੱਠਾ ਕਰ ਲਈ ਨਹੀਂ ਆ ਰਹੇ। ਸਾਨੂੰ ਪਤਾ ਵੀ ਇਹ ਲਾਸਟ ਐਫਰਟਸ ਆ ਪੰਜਾਬ ਦੇ ਲੋਕਾਂ ਦੀ, ਆਮ ਆਦਮੀ ਪਾਰਟੀ ਆ ਗਈ ਤਾਂ ਪੰਜਾਬ ਬਚ ਜੂਗਾ। ਉਹ ਦੋਵੇਂ ਲੜ ਰਹੇ ਨੇ ਪਰਿਵਾਰ ਪ੍ਰਮੋਟ ਕਰਨ ਲਈ। ਬਾਦਲ ਦੇ ਪਰਿਵਾਰ ਦੇ ਜਿੰਨੇ ਜੀ ਆ ਸਾਰੇ ਪੋਲੀਟਿਕਸ 'ਚ ਆ, ਰਾਜੇ ਦੇ ਪਰਿਵਾਰ ਦੇ ਜਿੰਨੇ ਜੀ ਆ ਸਾਰੇ ਪੋਲੀਟਿਕਸ 'ਚ ਆ, ਰਾਜੇ ਨੇ ਵੀ ਪੋਲੀਟਿਕਸ 'ਚ ਸਭ ਕੁਝ ਬਣਾਇਆ ਤਾਂ ਬਾਦਲ ਨੇ ਵੀ ਸਾਰਾ ਪੋਲੀਟਿਕਸ ਬਣਾਇਆ।